ਤੇ ਦੇਖ ਹਾਂ ਹਾਂ ਸਿੰਧ ਹੈਦਰਾਬਾਦ ਵੱਲ ਜਾਣ ਦਾ ਮੌਕਾ ਮਿਲਿਆ। ਇੱਕ ਬੜੇ ਸ਼ਹਿਨਸ਼ਾਹ ਦੀ ਕਬਰ ਦਾ ਵੀ ਨਜ਼ਾਰਾ ਆਇਆ। ਬੜੇ ਸ਼ਹਿਨਸ਼ਾਹ ਜਿਹਦਾ ਕਦੀ ਆਵਾਜ਼ਾ ਹੁੰਦਾ ਸੀ ਮੇਰੀ ਕੁਰਸੀ ਬੜੀ ਮਜ਼ਬੂਤ ਹੈ। ਮੈਂ ਲਾ ਕੇ ਬਾਤ ਨਹੀਂ ਕਰ ਰਿਹਾ, ਨਜ਼ਾਰਾ ਕਬਰ ਦਾ ਆ ਗਿਆ। ਕੀ ਮਾਨਾ, ਕਬਰ ਸਾਹਮਣੇ ਆ ਗਈ ਔਰ ਲੋਕਾਂ ਦੀਆਂ ਵੀ ਕਬਰਾਂ ਦੇਖੀਆਂ ਤੇ ਆਪ ਜੀ ਦੀ ਗੱਲ ਯਾਦ ਆ ਗਈ। ਆਪ ਜੀ ਫਰਮਾਉਂਦੇ ਨੇ ਵੇਖੋ ਬਾਦਸ਼ਾਹਾਂ ਦੀਆਂ ਕਬਰਾਂ, ਫਰਮਾਉਂਦੇ ਨੇ ਵੇਖੋ ਬਾਦਸ਼ਾਹਾਂ ਦੀਆਂ ਕਬਰਾਂ ਜਿੱਥੇ ਪੈਰਾ ਦੇਣ ਪਖੇਰੂ ਜੋ ਤੰਗ ਮਾਲੀ ਉੱਚੀ ਸੋਂਦੇ ਤੇ ਗਿਰਦ ਹਜ਼ਾਰਾਂ ਪੈਰੂ ਜੋ ਸ਼ੌਕਤ ਸ਼ਾਨ ਜਲਾਲ ਚੜ੍ਹਦੇ ਜੋ ਸ਼ੌਕਤ ਸ਼ਾਨ ਜਲਾਲ ਚੜ੍ਹਦੇ ਕੰਬਦੇ ਸਰਤ ਪੁਚਾਲੋ ਹੁਣ ਹਨੁਮਾਨੀ ਹੇਠ ਨੇ ਸੁੱਤੇ ਕੋਈ ਖਬਰ ਨਾ ਪੁੱਛੇ ਆਲੋ। ਹਫ ਜੀ ਫਰਮਾਉਂਦੇ ਨੇ ਵੇਖੋ ਫੇਰ ਵਜ਼ੀਰਾ ਕਬਰਾਂ, ਵੇਖੋ ਫੇਰ ਵਜ਼ੀਰਾ ਕਬਰਾਂ ਤੇ ਜਿੰਨਾ ਹੱਥ ਖਜ਼ਾਨੇ ਹੁਣ ਹੱਡੀਆਂ ਦੀ ਮੁੱਠ ਬਾਜ ਕਬਰ ਵਿੱਚ ਹੋਰ ਨਾ ਕੁਝ ਰੂਮੇ। ਬੜਾ ਮਸਰੂਫ ਆ ਤੇ ਨਾਲੇ ਆਂਦਾ ਕੀ ਏ, ਮੈਂ ਮਵਾਹਿਦ ਆ ਤੇ ਨਾਲੇ ਆਂਦਾ ਕੀ ਏ, ਜੇ ਮੈਂ ਨਾ ਕਮਾਵਾਂ ਤੇ ਮੇਰੇ ਮਰਨ ਤੋਂ ਬਾਅਦ ਔਲਾਦ ਕਿੱਥੋਂ ਖਾਏਗੀ, ਮੇਰੇ ਬਗੈਰ ਔਲਾਦ ਕਿਵੇਂ ਖਾਏਗੀ। ਰੱਬਾਂ ਦਾ ਮੁਸ਼ਰਕਾ, ਮੈਂ ਤੇਰਾ ਵੀ ਰਾਜ਼ਕ ਆ ਤੇ ਤੇਰੀ ਔਲਾਦ ਦਾ ਵੀ ਰਾਜ਼ਕ ਆ। ਜੀ ਹਾਂ ਮੇਰੇ ਮੁਹਤਰਮ, ਸੁਣਨਾ ਤੂੰ ਤੇ ਦੁਨੀਆਂ ਤੇ ਇਹ ਕਹਿੰਦਾ ਕਿ ਆਪ ਜੀ ਮਰਨ ਪੜੀਏ, ਨਮਾਜ਼ ਪੜ੍ਹਨੀ ਬੜੀ ਔਖੀ ਆਪ ਸਾਹਿਬ, ਮਰਨ ਵੇਲ ਨਹੀਂ ਤੁਸੀਂ ਰਹਿ ਗਏ ਸਿਰ ਮਸੀਤ ਜੋ ਗਈ, ਤੁਹਾਡੀ ਕਿਹੜੀ ਗੱਲ ਹੈ। ਤੁਸੀਂ ਹਾਲ ਦੇਣਾ ਹੋਵੇ ਤੇ ਪਤਾ ਲੱਗ ਜਾਏ, ਤੁਸੀਂ ਆਹ ਕੰਮ ਕਰਨਾ ਹੋਵੇ ਤੁਹਾਨੂੰ ਲੱਗ ਜਾਏ ਪਤਾ। ਸਾਡੇ ਤੇ ਬੱਚੇ ਬੜੇ ਹੋਏ, ਬੋਲੋ ਬੱਚੇ, ਦਸਾਂ ਬੱਚੇ ਪੁੱਛੋ ਉਲਮਾ ਨੂੰ, ਇੱਕ ਸਿਹਾਬੀ ਦੇ 25 ਬੱਚੇ, ਕਿੰਨੇ ਜੀ ਬੋਲੋ ਰਵਾਤਾ, ਹਜ਼ਰਤ ਅਲੀ ਦੇ 18 ਬੱਚੇ, ਤੁਹਾਡੇ ਬੋਝੇ ਜੀ ਕਿਹੜੇ 5 ਹਾਲੇ ਤੇ। ਮੈਂ ਗੱਲ ਕਰਨਾ, ਸਿਹਾਬੀ ਦੇ 25 ਬੱਚੇ, ਕਿਸੇ ਸਿਹਾਬੀ ਹਜ਼ਰਤ ਅਲੀ ਮਸ਼ਹੂਰ ਵਾਕਿਆ, ਹਜ਼ਰਤ ਅਲੀ ਦੀ 18 ਬੱਚੇ ਔਲਾਦ ਮੁਖਤਲਿਫ ਬੀਵੀਆਂ ਚੋਂ। ਮੈਂ ਸਵਾਲ ਕਰਨਾ, ਇਹ 18 ਬੱਚਿਆਂ ਦਾ ਰਾਜ਼ੀ ਕੌਣ ਸੀ, ਇਹ 5 ਬੱਚਿਆਂ ਦਾ ਰਾਜ਼ੀ ਕੌਣ ਸੀ, ਤੇ ਤੇਰੇ 3-4 ਟੋਟਰੂ ਨਹੀਂ ਪਲਦੇ, 3-4 ਟੋਟਰੂ ਵਕਤ ਪਿਆ। ਆਪ ਜੀ ਮਰਨ ਵੇਲ ਨਹੀਂ, ਮਰ ਨਹੀਂ ਵੇਲ, ਕਿਤੇ ਮਰਾਂਗਾ ਇਨਸ਼ਾਅੱਲਾ, ਵੇਲ ਕਿਉਂ ਨਹੀਂ ਜੀ। ਆਪ ਜੀ ਨੇ ਖੂਬ ਲਿਖਿਆ, ਫਰਮਾਉਂਦੇ ਨੇ ਆਪੋ ਆਪ ਸੁੱਤੇ ਵਿੱਚ ਕਬਰਾਂ, ਰਾਤ ਪ੍ਰੋਗਰਾਮ ਬਣਿਆ ਹੋਇਆ ਕੀ, ਸਵੇਰੇ ਉੱਠਾਂਗਾ, ਖੇਲੀ ਕਰਾਂਗਾ, ਕਮਾਦ ਛਿਲਾਂਗਾ, ਫਲਾਣਾ ਕੰਮ ਕਰਾਂਗਾ, ਫਲਾਣਾ ਕੰਮ ਕਰਾਂਗਾ, ਪ੍ਰੋਗਰਾਮ ਬਣਾਉਂਦੇ ਮਰ ਗਿਆ ਤੇ ਦਿਨ ਚੜਿਆ ਤੇ ਕੀ ਹੋਇਆ, ਆਪੋ ਆਪ ਸੁੱਤੇ ਵਿੱਚ ਕਬਰਾਂ ਤੇ ਤੰਦੇ ਛੋੜ ਵਿਚਾਲੇ, ਆਪੋ ਆਪ ਉਹ ਸੁੱਤੇ ਵਿੱਚ ਕਬਰਾਂ ਉਹ ਤੰਦੇ ਛੋੜ ਵਿਚਾਲੇ, ਨਿੰਮਲ ਚੋਣ ਚੁੱਪ ਚੁਪਾਤੇ ਉਹ ਸ਼ਹਿਰ ਖਮੋਸ਼ਾਈ ਵਾਲੇ। ਹਰ ਜੁਮੇ ਵਾਲੇ ਦਿਨ ਅੱਲਾ ਤਸਦੀਕ ਦਾ ਫਰਮਾਏ ਤੇ ਨਿਮਾਜ਼ ਪੜ੍ਹ ਕੇ ਨਾ ਤੇ ਜਾ ਕੇ ਕਬਰਸਤਾਨ ਵਿੱਚ, ਹਰ ਜੁਮੇ ਵਾਲੇ ਦਿਨ ਸੁੰਨਤ ਕਬਰਸਤਾਨ ਵਿੱਚ ਜਾ ਕਰੋ ਤੇ ਕੀ ਆਖਿਆ ਕਰੋ, ਤੁਸੀਂ ਤੇ ਆ ਗਏ, ਅਸੀਂ ਵੀ ਤਿਆਰ ਹੋਏ ਹੋਏ ਹਾਂ, ਅਸੀਂ ਵੀ ਇੱਥੇ ਆਉਣਾ ਹੈ, ਅਸੀਂ ਵੀ ਇਹਨਾਂ ਮਕਾਨਾਂ ਤੇ। ਫਰਮਾਇਆ ਮੇਰੇ ਮਹਿਬੂਬ ਨੇ, ਮੇਰੇ ਨਬੀ ਨੇ, ਕਬਰ ਪੱਕੀ ਨਾ ਬਣਾਓ, ਬੋਲੋ ਕਬਰ ਪੱਕੀ ਨਾ ਬਣਾਓ, ਸੋਹਣਿਆਂ ਕਿਉਂ ਡਕਿਆਈ ਕਪੜੇ ਇਹ ਪੱਕੀਆਂ ਕਬਰਾਂ ਤੋਂ, ਚਿਪਸਾਂ ਲਾਉਣ ਤੋਂ, ਇੱਟਾਂ ਲਾਉਣ ਤੋਂ ਕਿਉਂ ਡਕਿਆਈ। ਨਬੀ ਦੀ ਹਕਮਤ ਕੀ ਸੀ ਕਿ ਕਬਰ ਕੱਚੀ ਵੇਖੋਗੇ, ਟੁੱਟੀ ਫੁੱਟੀ ਵੇਖੋਗੇ, ਉੱਡੀ ਹਵਾ ਵੇਖੋਗੇ, ਜੇ ਕਬਰ ਟੁੱਟੀ ਫੁੱਟੀ ਵੇਖ ਕੇ ਆਪਣੀਆਂ ਕੋਠੀਆਂ ਭੁੱਲ ਜਾਣਗੀਆਂ, ਜੇ ਕਬਰਾਂ ਵਿੱਚ ਆਉਣਾ ਯਾਦ ਆ ਜਾਏਗਾ ਕਿ ਅੱਗੇ ਕਬਰ ਲਿੰਬੀ ਪੋਚੀ ਹੋਈ, ਅੱਗੇ ਸਜਾਈ ਹੋਈ, ਜਾ ਕੇਗਾ ਮੇਰੀਆਂ ਉੱਥੇ ਵੀ ਕੋਠੀਆਂ, ਮੇਰੀਆਂ ਇੱਥੇ ਵੀ ਕੋਠੀਆਂ। ਅੱਲਾ ਅੱਲਾ ਅੱਲਾ, ਮੇਰੇ ਦੋਸਤੋ ਖੁਦਾ ਦੀ ਕਸਮ, ਬਗਾਂਗੇ ਦੋਹਲ ਕਹਿੰਦਾ, ਬੜੀ ਨਬੀ ਦੀ ਬਾਤ ਬੜੀ ਹਕਮਤ ਹੁੰਦੀ ਹੈ, ਪੈਗੰਬਰ ਦੀ ਬਾਤ ਐਵੇਂ ਨਹੀਂ, ਆਪੋ ਆਪ ਸੁੱਤੇ ਵਿੱਚ ਕਬਰਾਂ ਉਹ ਤੰਦੇ ਛੋੜ ਵਿਚਾਲੇ। ਕੌਣ ਹੈ
ਕੌਣ ਹੁੰਦਿਆ? ਅੰਮੀ ਆਉਂਦੀ ਹੈ ਦਫ਼ਨ ਨਾ ਕਰੋ, ਭਰਾ ਆਉਂਦੇ ਨੇ ਕਾਹਨੂੰ ਮਰਿਆ ਕੋਈ ਖਿਆਲ ਨਹੀਂ ਕਰਦਾ। ਪਹਿਲੋਂ ਪਹਿਲੋਂ ਰੋਂਦੇ ਰਹੇ, ਬੋਲੋ ਪਹਿਲੋਂ ਪਹਿਲੋਂ, ਪਹਿਲੋਂ ਪਹਿਲੋਂ ਰੋਂਦੇ ਰਹੇ। ਜਦੋਂ ਕਬਰ ਦੇ ਕੋਲ ਆਉਂਦਾ ਕਿਸੇ ਨੀ ਆਖਿਆ ਇਹਨੂੰ ਨਾ ਪਾਓ ਮੈਨੂੰ ਪਾ ਦਿਓ। ਆਇਆ ਜੀ ਪਿੱਛੇ ਪਿੱਛੇ ਵਹਿਣ ਵੀ ਹੁੰਦੇ ਰਹੇ, ਆਪਣੇ ਕੰਮਾਂ ਨੂੰ ਰੋਂਦੇ ਰਹੇ। ਜੇ ਮਰ ਜੇ ਬੁੱਢਾ ਤੇ ਕੀ ਕਹਿੰਦੇ? ਚੰਗਾ ਪਰਦਾ ਪੈ ਗਿਆ, ਬੋਲੋ ਚੰਗਾ ਹੋਇਆ ਪਰਦਾ ਪੈ ਗਿਆ, ਚੰਗਾ ਹੋਇਆ। ਹੁਣ ਦਿਨ ਭੈਣੇ ਸਨ, ਹੁਣ ਸਾਨੂੰ ਮੌਕਾ ਨੀ ਮਿਲਿਆ ਸਾਂਭਣ ਦਾ, ਸਾਡੀ ਜਾਨ ਛੁੱਟੀ ਤੇ ਸਾਨੂੰ ਨੀ ਮੌਕਾ ਮਿਲਿਆ, ਚੰਗਾ ਹੋ ਗਿਆ। ਤੇ ਜੇ ਕੋਈ ਮਰ ਗਿਆ ਜਵਾਨ ਤੇ ਕਿਉਂ? ਫਿਰ ਬੀਵੀਆਂ ਦੀ ਮੈਨੂੰ ਜੋੜੇ ਕੌਣ ਲਿਆ ਕੇ ਦਏਗਾ? ਧੀਆਂ ਦੀਆਂ ਨੂੰ ਮੇਰਾ ਖਿਆਲ ਕੌਣ ਕਰੇਗਾ? ਦੋਸਤਾਂ ਤੈਨੂੰ ਨੀ ਰੋਂਦੇ, ਆਪਣੇ ਆਪਣੇ ਕੰਮਾਂ ਨੂੰ ਰੋਂਦੇ। ਕਿਉਂ ਠੀਕ ਗੱਲ, ਠੀਕ ਹੈ ਨਾ? ਆਪਣੇ ਆਪਣੇ ਕੰਮਾਂ ਦੇ ਸਾਰੇ ਯਾਰ। ਮੈਂ ਇੱਕ ਬੰਦਾ ਦੇਖਿਆ ਇੱਧਰ ਫੌਤ ਹੋ ਗਿਆ ਤੇ ਉਹਦੀ ਜੇਬ ਵਿੱਚ ਅੱਜ ਤੋਂ 10 ਸਾਲ ਦੀ ਗੱਲ 1,000 ਰੁਪਇਆ, ਉਦੋਂ ਦਾ 1,000 ਤੇ ਅੱਜ ਦਾ ਮੇਰਾ ਖਿਆਲ 10-15 ਹਜ਼ਾਰ ਬਣਦਾ ਜੀ। 1,000 ਰੁਪਇਆ ਉਹਦੀ ਜੇਬ ਵਿੱਚ ਤੇ ਉਧਰੋਂ ਨਹਾਉਣ ਹੀ ਤਿਆਰ ਹੋਏ ਤੇ ਉਧਰੋਂ ਬੀਵੀ ਵੀ ਆਖੇ ਅਜੇ ਨਹੀਂ, ਮਾਂ ਆਖੇ ਅਜੇ ਨਹੀਂ, ਧੀਆਂ ਆਖਣ ਅਜੇ ਨਹੀਂ, ਪੁੱਤਰ ਆਖਣ ਅਜੇ ਨਹੀਂ, ਅਜੇ ਹੋਰ ਰੋ ਲੈਂਦੇ ਹੋ ਤੇ ਵਿੱਚੋਂ ਅਕੰਦਾ ਲੱਗੇ। ਸਾਰੇ ਧਿਆਨ ਬੋਝੇ ਵੱਲ, ਮਾਂ ਆਖੇ ਮੇਰਾ ਹੱਕ ਮੰਨਦਾ, ਬੀਵੀ ਆਖੇ ਮੈਂ ਬੀਵੀ ਹਾਂ, ਮੇਰਾ ਹੱਕ ਮੰਨਦਾ। ਹੁਣ ਜਨਮ ਕਰੋ ਨਾ ਆਪੋ ਵਿੱਚ ਤੇ ਵਿੱਚੋਂ ਵਿੱਚੋਂ ਵੇਖਣ ਕਾਣੀ ਅਖੀ ਵੀ ਦਾਲ ਲੱਗੇ ਤੇ ਪੈਸੇ ਕੱਢੀਏ। ਮੈਂ ਆਖਿਆ ਕੋਈ ਰਾਸ ਦੀ ਗੱਲ ਹੈ, ਗੱਲ ਕੋਈ ਰਾਸ ਦੀ ਹੈ? ਤੇ ਜਾਨ ਛੱਡ ਜਾ ਕਿਉਂ ਨਹੀਂ? ਹਾਰ ਕੇ ਜੇਬਾਂ ਖੋਲੀਆਂ ਨਾ ਤੇ ਰੁਪਈਆ ਨਿਕਲੇ ਵਿੱਚੋਂ, ਘੜੀ ਖੋਲ ਲਈ, ਖੁਦਾ ਦੀ ਕਸਮ ਸਾਰੇ ਪਛਾੜ ਗਏ। 1,000 ਰੁਪਈਆ ਆਹ ਕੀਮਤ ਹੈ ਯਾਰ ਹੋਣੇ ਹਾਏ? ਤੇ ਕਦੀ ਸੋਚਿਆ ਮੈਂ ਕਿਉਂ ਆਇਆ? ਅੱਲਾ ਦੀ ਕਸਮ ਕਬਰ ਵਿੱਚ ਮਾਂ ਵੀ ਨੀ ਆਖਿਆ ਮੈਂ ਜਾਨੀ ਆ, ਧੀ ਵੀ ਨੀ ਆਖਿਆ ਬੂ ਤੂੰ ਨਾ ਜਾ ਮੈਂ ਦਫ਼ਨ ਹੋ ਜਾਨੀ ਆ, ਉਹ ਪੁੱਤਰ ਨੇ ਵੀ ਨਹੀਂ ਆਖਿਆ। ਤੇ ਨਾਲ ਕੌਣ ਗਿਆ? ਕੁਰਾਨ ਦੀ ਸੂਰਤ ਮੁਲਕ ਨਾਲ ਗਈ। ਬੋਲੋ ਕੀ ਗਿਆ? ਆ ਬੋਲੋ ਕਿ ਸਹੀ ਆਇਆ ਸਾਨੂੰ ਕਹਿ ਕਰ ਦਿਲ ਮਾਸ਼ਾਲਾ। ਮਾਂ ਵੀ ਆਖਿਆ ਨਹੀਂ ਮੈਂ ਨਾਲ, ਧੀ ਵੀ ਨੀ ਆਖਿਆ ਮੈਂ ਨਾਲ, ਤੇ ਕਿੰਨਾ ਆਖਿਆ ਸੀ ਨਾਲ? ਸੁਣੋ ਧਿਆਨ ਨਾਲ, ਅੱਲਾ ਪਾ ਕਹਿੰਦੇ ਨੇ ਇਨ ਲਜ਼ੀਨ ਕਾਲੂ ਰੱਬੁਨ ਅੱਲਾ ਸੁਮ ਸਤਕਾਮੂ ਤਤਨਜ਼ਲ ਅਲੈਹਿਮ ਅਲਮਲਾਇਕਤੁ ਅੱਲਾ ਤਖਾਫੂ ਵਲਾ ਤਹਜ਼ਨੂ ਵਅਬਸ਼ਰੂ ਬਿਲ ਜੰਨਤਿ ਅੱਲਤੀ ਕੁੰਤੁਮ ਤੁਵਦੂ نحن اولیاؤکم فی الحیات الدنیا وفی الاخرہ کیڑے بولے نوری ملاکہ بولے نوری ملاکہ بولے رونا پریشان نہ ہو اسی تیرے ایتھے بھی ساتھیاں تے گاں بھی ساتھیاں اللہ نوری ملاکہ تیرے کول نے اللہ دا قرآن سورت ملک جڑی ہے میرے حبیب نے فرمایا انج لویڑ دی ہے جویں مرغی اپنے بچیاں نوں ٹک کے بیندی ہے ਦੋਸਤੋ ਉਹ ਕਬਰ ਵਿੱਚ ਕੁਰਾਨ ਕੰਮ ਆ ਬੋਲੋ ਕਿ ਨਹੀਂ ਬੋਲੋ ਕੁਰਾਨ ਕੰਮ ਆਇਆ ਕਿ ਨਹੀਂ ਔਰ ਨਬੀ ਦਾ ਦੀਨ ਕੰਮ ਆਇਆ ਕਿ ਨਹੀਂ ਔਰ ਨਬੀ ਦਾ ਫਰਮਾਨ ਕੰਮ ਆਇਆ ਕਿ ਨਹੀਂ ਔਰ ਨਮਾਜ਼ਾਂ ਕੰਮ ਆਈਆਂ ਕਿ ਨਹੀਂ ਅੱਧੀ ਰਾਤ ਦੀ ਤਾਜਦ ਉਹ ਕਬਰ ਦਾ ਚਾਨਣ ਹੈ ਕਿਸੇ ਆਲੇ ਦਿਲ ਨੇ ਮੈਂ ਸ਼ੇਰ ਬੋਧੇ ਪੜ੍ਹ ਦਿੱਤੇ ਨੇ ਮੇਰਾ ਇਹ ਤਰੀਕੇਕਾਰ ਤਾਂ ਨਹੀਂ ਸੀ ਹੁਣ ਬਹਰਹਾਲ ਸਾਥੀਆਂ ਦਾ ਪੇਂਡੂ ਮਾਹੌਲ ਦੇਖ ਕੇ ਔਰ ਮੁਤਾਲਬਾ ਦੇਖ ਕੇ ਖੁਦਾ ਦੀ ਕਸਮ ਅਗਰ ਕਬਰ ਦਾ ਨੂਰ ਹੈ ਤਾਂ ਅੱਧੀ ਰਾਤ ਦੀ ਤਾਜਦ ਹੈ ਅੱਧੀ ਰਾਤ ਦੀ ਤਾਜਦ ਔਰ ਦੋਸਤਾਂ ਜਲਸੇ ਸੁਣਨ ਵਾਲੋ ਔਰ ਨਮਾਜ਼ਾਂ ਤੋਂ ਦੂਰ ਰਹਿਣ ਵਾਲੋ ਅੱਧੀ ਰਾਤ ਨੂੰ ਜਦੋਂ ਦੁਨੀਆਂ ਸਾਰੀ ਸੌਂਦੇ ਤੇ ਤੂੰ ਉਹਦੇ ਆਖੇ ਅੱਲਾ ਤੂੰ ਇੱਕ ਤੇ ਮੈਂ ਵੀ ਇੱਕ ਅੱਲਾ ਤੂੰ ਵੀ ਇੱਕ ਤੇ ਮੈਂ ਵੀ ਇੱਕ ਤੇ ਮੇਰੇ ਦਿਲ ਦੇ ਦੁਖੜੇ ਸੁਣ ਹਾਏ ਮੇਰੇ ਦਿਲ ਦੇ ਦੁਖੜੇ ਸੁਣ ਮੇਰੀਆਂ ਪਰੇਸ਼ਾਨੀਆਂ ਸੁਣ ਪਤਾ ਮੈਂ ਕਿਵੇਂ ਹੋਣੀਆਂ ਨੇ ਪਰੇਸ਼ਾਨੀਆਂ ਅੱਲਾ ਅੱਲਾ ਕਿਵੇਂ ਕਿਵੇਂ ਪਰੇਸ਼ਾਨੀਆਂ ਫਿਰ ਉਦੋਂ ਕੀ ਜੀ ਕਰਦਾ ਫਿਰ ਆਉਂਦਾ ਕੀ ਹੈ ਯਾ ਅੱਲਾ ਅੱਲਾ ਅਕਬਰ ਯਾ ਅੱਲਾ ਹੱਥ ਕੜੀ ਮਾਰ ਲਈ ਉਹ ਕੈਦੀ ਨੂੰ ਮਾਫ਼ ਕਰ ਦੇ
جی پھر کر لے لے رہا منتا کر رہا عرشا والا کہہ رہا ہوں آ جو گیا میں سارے تیرے گناہ معاف کر چلا اللہ اللہ میرے دوست میرے عزیز میرے بھائی اے ہے زندگی دی حقیقت جو میں عرض کر رہا نا اے معمولی گلاں بولو نہیں ٹھیک ہے نا معمولی گلاں نہیں اے بہت اچھی جی بات ہے اللہ پاک فرماندے نے قرآن دے اندر کوئی گل نہیں آکی قبر وچ گیا تے کوئی جی کم اہل گل دی بات یاد آ گئی کسے ساتھی دی قبر تے میں کھڑا ہویا تھا کسے ساتھی دی قبر تے کھڑا ہویا مٹی پا رہا سا آنسو آ رہے سن اور ہمیں اہل دل دی بات یاد آ گئی کہا احباب نے کہا احباب نے یہ دفن کے وقت کہا احباب نے چھڈ کے آنے نے کہا کہا احباب نے ساتھیوں نے اقربا نے کہا احباب نے یہ دفن کے وقت کیوں کر ہم اس کے آگے حال جاننے اور کفن سے دفن تک کفن سے دفن تک تو ہم نے آپ کی تعظیم کر دی کفن سے دفن تک ہم نے آپ کی تعظیم کر دی سونا جا لٹھا لیا ہے کہ نوایا تین سونا ہے جی کہ سابن سونا لا لا کے کہ پتر پا کے بیری دے سارے کام کیتا ہے تین سونا نوایا ہے پر رب آندا ایک بندے ایسے نے انہاں نوں نہ نوایا جے ایک بندے ایسے نے پاویں ولی ہے اونوں بھی نواؤ پتے دیری دے پا کے پاویں کے دانے کے پاویں نبی ہے پر ایک ایسی قوم ہے اونوں نہ نوایا جے دفنا دیا جے مینوں اونجی بڑے پسند نے یا اللہ کہڑے فرمایا جنا میرے راز جان دے کے مرتبہ شاد پا دیتا ہے سنے خون ہی دفن کر دیو میرا جی کردا ہے جتنے اٹھن اتنے خون نکلتا ہوگے تے میں قدر نہ گناہ معاف کر جاؤ میرے محترم زندگی کا مل پہ بندہ کر کے مرے تھے کچھ کر کے مرے تو گل بنتی ہے ایویں نہیں بنتی ہوں جی ہاں نوایا تو کی آتا ہے کفن سے دفن تک ہم نے آپ کی تعظیم کر دی اس کے آگے آپ کے اعمال جاننے ہائے میرے دوستو مضمون طویل ہو رہا ہے مضمون لمبا ہو گیا اللہ دا فضل ہے کہ قرآن و حدیث سامنے اس اللہ دا احسان ہے میرے محترم پر فکر ہوگی تو یہ جی ہوگی آسمان پہ آواز آؤں گی ہے پتا کہ ماڑی موٹی گل نہیں ماڑی موٹی گل نہیں بہتیاں دے نہ کی لانے نے ایک دو نبیاں دی گل سن لو ایک دو نبیاں دی نبی یعقوب کا دو علیہ السلام نبی یعقوب کون ہے بارہ پتراں دا باپ تے یوسف حسین و جمیل دا بھی باپ نبی یعقوب علیہ السلام تشریف فرما لے تے پھر پوتر بھی کول بیٹھے نے پتر بھی کول ہے تے سارا خاندان بیٹھا ہے تے پتا کیا میرے ام کنتم شہداء اذ حضر یعقوب الموت اذ حضر یعقوب سارے بول یعقوب یعقوب نو کی یاد ہوئی نہیں یعقوب الحیات اچھا جی ماشاء اللہ لکما دیا ہم گن تم شہداء اذ حضر یعقوب الموت فرمایا جب میرے نبی یعقوب نو موت نبیاں نو موت دیکھا جی یا قرآن ہے کون گل کہہ رہے یعقوب الموت موت سامنے آ گئی کی مانا تھوڑیاں دیاں کڑیاں رہ گئیاں تے نبی نے سوچیا جاندی وار کوئی کم کر جائیے تے ساڈے کئیاں نوں موت آوے نا تے پتہ کی ہوندا وہ لے آئیں شاہ کو دت ماکو جاندی وار واری لائی جاؤں مڈیا میرا پتا کوئی نہیں ہو ایمان اللہ نال ایمان دے میرا برا حال ہی ہن تے حکا پا لیا کئی انج مرن دے حکا پیندے تے کئی بکواس کردے جی
की मेहनत कर रहे हैं, लेकिन मौत आई ते हो जी आई। उधरों मालूम हो गया मौत दे मंजर को आ गए ने, हाथ पैर अपना थां छड़ी आंदे ने। नबी ने आवाज मारी अपने पोतरिया पुत्रां नूं, पुत्रां नूं आया सारा खानदान, अल्लाह तेनू भी तौफीक दे। कह दिया चलो कहो जी। नबी यकूब ने अपने खानदान आवाज मारी, आख्या की इस कॉल आली बनी माता बदूना निंबा दी। मेरे पुत्रो मैं ते चलिया रब कोल, एक गल दस दियो, मैं आवाज कर जावा, वसीता कर जावा, इस कॉल आली बनी है माता बदूना निंबा दी। मेरे पुत्र मेरे फौत होन तो बाद किदी पूजा करोगे? अल्लाह तानू भी तौफीक दे। अपने हलवाइया जो टाइम मिले बुखार आए मुसाबो आराम हो सारे जी कट्ठे करके आओ जा बात। हां जी, इस काल आली बनी है माता बदूना निंबा दी। मेरे फौत होन तो बाद किदी पूजा पाठ करोगे? अगों आखिया कि उन्होंने कालू ना बुदू इलाहा का व इलाहा आबाई का इब्राहिम व इस्माइला व इसहाका इलाहा वाहिदा व नहनु लहू मुस्लिमून। ये नहीं आखिया अब्बा तेरी पूजा करांगे, आखिया ये नहीं आखिया तेरी पूजा तेनू सही दे करांगे तेरी कब्र ते। अकीदा कुराना भी सही कर रहा। ये नहीं आखिया अब्बा तू फौत होला तू परवाह ना कर, अछार चाड़ांगे पक्कियां बनावेंगे दीवे बलेंगे सही दे करांगे जो आखेंगा करांगे। आखिया तलीम की सी जो तलीम पहलो सी पुत्रा ने इजहार कर दिता। आंदे ने कालू नाबुदू इलाहा का व इलाहा आबाइक, असी तुहाडे इलाह दी पूजा करांगे जे तुहाडे वड्यां दे इलाह दी पूजा इस्माइला व इसहाका इलाहन वाहिदा, इब्राहिम दे इलाह दी, इस्माइल दे इलाह दी, इसहाक दे इलाह दी। नबी बहुत है ते इलाह एक, बोलो नबी बहुत है ते रब इसहाक इलाहन वाहिदा। वो ते बहुते तुहाडे वड्डे सन पर रब ते एक सी, वनाहनु लाऊ मुस्लिम। असी सारे वे ताबेदार हाय अब्बा दुखी ना मरी, असी इंशाल्लाह तेरी गल मन्नांगे। औलाद आ जाने माशाल्लाह, मालूम होया नबियां नूं मौत आ जानी हुंदी है। आ समझिए दूजे मकाम से कुरान, इन्नक मय्यतुन, बहुते ना की जाने नबी पाक वाले आ जा, इन्नक मय्यतुन व इन्नहुम मय्यतुन। मेरे नबी तू ही नहीं रहना ते तेरे नाल दियां भी नहीं रहना, रब बंदा नहीं रहना दुआई खुदा दी। अगर बहुतिया गल्लां की करनिया ने मैनू ये नहीं गल दसो, जे नबी पाक फौत ना होंदे ते फातिमा मिट्टी चो पौन देंदी, जे नबी पाक फौत ना होंदे तो खुदा दी कसम अबू बकर ना मट्टी पौन देंदे, उमर दी तलवार नहीं ना होंदी, जे नबी पाक दी जिंदगी दे दिन खत्म ना होए होंदे ते मैनू मैनू दसो रब्बे काबा दी कसम कितने बुलार आही ना मारदा। ते जे ये गल होई होंदी ते कदी ओह जमात भी ना करवांदे, पर कुर्बान जावां ये गल सामने ते बैजने कि जदों इस तरह होया ते उमर कहण लगा ओ लोको अजे नहीं। नबी दी मुहब्बत विच परवाना जल उठिया, आंदा अजे अजे कम होया नहीं, अजे हाय अजे मेरे नबी नूं मौत नहीं आई। अबू बकर ने सोचिया ये मुहब्बत दा दावा करदा करदा बहुते ही उलहेर च आ गया, ते जे मैं डकिया ते मुड़ना नहीं सू, मुड़ना नहीं, मैं आप जावा वेख के आवां ते कुरान सुनावा। जी अबू बकर अंदर गए ते यमनी चादर चुकी चेहरे तो,
ਯਮਨੀ ਚਾਦਰ ਬੋਲ ਚੁੱਕੀ ਚਿਹਰੇ ਤੋਂ ਕਿ ਕਿੱਥੋਂ ਬੋਸਾ ਲਿਆ ਮੱਥੇ ਦਾ ਅਬੂ ਬਕਰ ਤੇਰੀਆਂ ਕਿਸਮਤਾਂ ਹਾਏ ਅਬੂ ਬਕਰ ਰਜ਼ੀ ਅੱਲਾਹ ਤਾਲਾ ਨੂੰ ਤੇਰੀਆਂ ਕਿਸਮਤਾਂ ਨਬੀ ਅੱਲਾਹ ਕੋ ਜਾ ਰਿਹਾ ਤੇ ਤੂੰ ਬੋਸੇ ਲੈ ਰਿਹਾ ਇਮਾਮ ਬੁਖਾਰੀ ਨੇ ਬਾਪ ਬੰਨ ਦਿੱਤਾ ਕਿ ਲਿਹਾਜ਼ਾ ਬੰਦਾ ਫੌਤ ਹੋ ਜਾਏ ਤੇ ਉਹਦੀ ਅੱਜ ਪਛਾਣੀ ਤੋਂ ਬੋਸਾ ਲੈਣਾ ਜਾਇਜ਼ ਅਬੂ ਬਕਰ ਨੇ ਕੰਮ ਕੀਤਾ ਬੋਲਾ ਕਿੰਨੇ ਅਬੂ ਬਕਰ ਨੇ ਮੱਥੇ ਤੇ ਰੱਖੇ ਨੇ ਬੁੱਲ ਤੇ ਨਾਲੇ ਆ ਕੇ ਆ ਕੀ ਹੈ ਸੋਹਣਿਆ ਲੋਕੀ ਭੁੱਲ ਗਏ ਨੇ ਤੇਰੇ ਤੇ ਦੋ ਮੌਤਾਂ ਨਹੀਂ ਆਉਣੀਆਂ ਜਿਹੜੀ ਆਉਣੀ ਸੀ ਅੱਜ ਆ ਗਈ ਹੈ ਬੋਲੋ ਕਿਹਦਾ ਅਕੀਦਾ ਹੈ ਕਹਿ ਦੋ ਚੰਦਾ ਨੀ ਮੰਗਣ ਦਿਆ ਕਹਿ ਦੋ ਸਦੀਕ ਰਜ਼ੀ ਅੱਲਾਹ ਤਾਲਾ ਅਨਹੋ ਦਾ ਜੀ ਹਾਂ ਕਿ ਉਧਰੋਂ ਉੱਠੇ ਨੇ ਫਿਰ ਅੰਦਰੋਂ ਉੱਠੇ ਤੇ ਕਿੱਧਰ ਗਏ ਸਿੱਧੇ ਮਿੰਬਰ ਤੇ ਅਯੋ ਅੰਨਾਸ ਲੋਕਾਂ ਵੇਖਿਆ ਨਬੀ ਦਾ ਪਿਆਰਾ ਖੜਾ ਹੋ ਗਿਆ ਮਲੂਮ ਹੋਇਆ ਕੋਈ ਬੰਦਾ ਕੰਮ ਦੀ ਗੱਲ ਕਰੇਗਾ ਬੰਦਾ ਬੜਾ ਕੀਮਤੀ ਜੇ ਭੱਜੋ ਉਮਰ ਵੀ ਹੋਸ਼ ਕਾਇਮ ਹੋਈ ਭੱਜਾ ਸਾਰੇ ਹੀ ਆਏ ਤੇ ਖਲੋ ਕੇ ਕੀ ਆਖਿਆ ਮਨ ਕਾ ਨਾ ਯਾਬੁਦੁ ਮਿਨਕੁਮ ਮੁਹੰਮਦਨ ਫਇਨ ਮੁਹੰਮਦਨ ਕਦ ਮਾਤਾ ਜੋ ਤੁਹਾਡੇ ਵਿੱਚ ਮੁਹੰਮਦ ਦੀ ਪੂਜਾ ਕਰਦਾ ਸੀ ਮੁਹੰਮਦ ਫੌਤ ਹੋ ਗਏ ਬੋਲ ਕੀ ਹੋ ਗਏ ਕਿੰਨੇ ਆਖਿਆ ਸਾਨੂੰ ਵੀ ਆਖ ਲੈਂਦੇ ਹੋ ਸਾਨੂੰ ਵੀ ਆਖ ਲੈਂਦੇ ਜੋ ਅਕੀਦਾ ਸਦੀਕ ਦਾ ਉਹ ਅਕੀਦਾ ਸਾਡਾ ਮਨ ਕਾ ਨਾ ਯਾਬੁਦੁ ਮਿਨਕੁਮ ਮੁਹੰਮਦਨ ਫਇਨ ਮੁਹੰਮਦਨ ਕਦ ਮਾਤਾ ਵਮਨ ਕਾ ਨਾ ਯਾਬੁਦੁ ਅੱਲਾਹ ਫਇਨ ਅੱਲਾਹ ਹਯ੍ਯੁ ਲਾ ਯਮੂਤ ਰਵਾਇਤ ਕਰੀ ਕਿਤਾਬ ਦੀ ਹੈ ਸਹੀ ਬੁਖਾਰੀ ਨਬੀ ਪਾਕ ਨੇ ਫਰਮਾਇਆ ਮੇਰੇ ਅਜ਼ੀਜ਼ ਮੇਰੇ ਦੋਸਤ ਇਹ ਮਾਮੂਲੀ ਦਾ ਮਾਮਲਾ ਨਹੀਂ ਸੀ ਜੋ ਮੈਂ ਬਾਰ ਬਾਰ ਸਮਝਾ ਰਿਹਾ ਬਾਰ ਬਾਰ ਅਰਜ਼ ਕਰ ਰਿਹਾ ਅਜੇ ਵੀ ਤੇਰੀ ਤਵੱਜੋ ਮੇਰਾ ਖਿਆਲ ਹੈ ਮੇਰੇ ਵੱਲ ਨਹੀਂ ਹੋਈ ਜੀ ਇਹ ਮੈਂ ਬਹੁਤ ਕੁਛ ਕਹਿ ਗਿਆ ਔਰ ਕਹਿਣਾ ਚਾਹੁੰਦਾ ਅਰਜ਼ ਕਰ ਰਿਹਾ ਸਾਂ ਇਹ ਮੌਤ ਦੀਆਂ ਗਲੀਆਂ ਖਤਮ ਨਹੀਂ ਹੋਣੀਆਂ ਪਰ ਅਗਲੀ ਗੱਲ ਬੜੀ ਕੀਮਤੀ ਹੈ ਜੋ ਦੁਬਾਰਾ ਕਹਿਣ ਦਾ ਮਜਾਜ ਨਹੀਂ ਬੜੀ ਬੜੀ ਕੀਮਤੀ ਬਾਤ ਕਹਿਣ ਵਾਲਾ ਔਰ ਪਤਾ ਕੀ ਆਸਮਾਨ ਵਾਲੇ ਨੇ ਕਿਹਾ ਕੁੱਲ ਨਫਸਿਨ ਜ਼ਾਇਕਤੁਲ ਮੌਤ ਇਹ ਮੌਤ ਕਿਹੜੀ ਹੈ ਇੱਕ ਬੰਦੇ ਨੂੰ ਮੈਂ ਆਖਿਆ ਮਸੀਤੇ ਨਹਾਉਣ ਗਿਆ ਮੈਂ ਕਿਹਾ ਛੇਤੀ ਯਾਰ ਬਾਹਰ ਨਿਕਲ ਆਉਂਦਾ ਜੀ ਮੈਂ ਤਿੰਨ ਚਾਰ ਸਭ ਨਹਾਉਣਾ ਤਿੰਨ ਵਾਰ ਸਭ ਅੱਲਾ ਮੈਂ ਕਿਹਾ ਦੋਸਤਾ ਖੁਦਾ ਦੀ ਕਸਮੇ ਹੁਣ ਤੇ ਆਪ ਨਹਾਉਣ ਡਿਆ ਹੈ ਇਹ ਵੀ ਤਖੈਲ ਰੱਖ ਕਦੀ ਮੈਨੂੰ ਕਿਸੇ ਨੇ ਨਵਾਣਾ ਹੈ ਇਹ ਵੀ ਤਖੈਲ ਲਿਆ ਇਹ ਵੀ ਤਖੈਲ ਲਿਆ ਹੁਣ ਤੇ ਸ਼ੀਸ਼ਾ ਵੇਖ ਕੇ ਆਉਣਾ ਹੈ ਅੱਖਾਂ ਬੜੀਆਂ ਵਧੀਆ ਨੇ ਤੇ ਚਿਹਰਾ ਬੜਾ ਬਿਹਤਰੀਨ ਹੈ ਆਵਾਜ਼ ਆਉਂਦੀ ਹੈ ਗਾ ਬਾਨਾ ਅੱਖਾਂ ਦਾ ਖਿਆਲ ਕਰਨਾ ਇੱਕ ਦਿਨ ਐਸੇ ਆਉਣੇ ਨੇ ਤੇ ਕੀੜਿਆਂ ਨੇ ਹਲਨੇ ਪਾਉਣੇ ਨੇ ਮੇਰੇ ਮੁਹਤਰਮ ਮੈਂ ਅਰਜ਼ ਕਰ ਰਿਹਾ ਤੈਨੂੰ ਮੌਤ ਇਹ ਚੀਜ਼ ਹੈ ਕਿ ਕੁੱਲ ਨਫਸਿਨ ਜ਼ਾਇਕਤੁਲ ਮੌਤ ਹਰ ਸ਼ੈ ਮੌਤ ਦਾ ਮਜ਼ਾ ਚੱਖੇਗੀ ਅਗਲੀ ਬਾਤ ਕੀ ਹੈ ਮੁਝੇ ਹੁਣ ਮੈਂ ਕਹਿਣੀ ਚਾਹੁੰਦਾ ਵਾਇਨਾ ਮਾਤ ਫੌਨ ਵਜੂਰਕੁਮ ਯਾਉਮਲ ਕਿਆਮਾ ਇਹ ਕਿਆਮਤ ਦੇ ਦਿਨ ਜੋ ਕੀਤਾ ਹੋਏਗਾ ਮਿਲ ਜਾਏਗਾ ਬੋਲੋ ਜੋ ਕੀਤਾ ਹੋਏਗਾ ਉਹ ਯਾਰ ਵੱਧ ਮਿਲੇਗਾ ਹਾਏ ਹਾਏ ਅੱਲਾਹ ਫਰਮਾਉਂਦੇ ਨੇ ਜਿਹੜਾ ਮੋਮਨ ਨੇਕੀ ਕਰਦਾ ਹੈ ਇੱਕ ਦੀ 700 ਤੱਕ ਮਿਲ ਸਕਦੀ ਹੈ ਬੋਲੋ ਇੱਕ ਨੇਕੀ ਦੀ 700 ਤੱਕ ਨੇਕੀ ਮਿਲ ਸਕਦੀ ਹੈ ਲੇਕਿਨ ਬਦੀ ਇੱਕ ਕਰੇਗਾ ਤੇ ਇੱਕ ਹੀ ਲਿਖੀ ਜਾਏਗੀ ਸੌਦਾ ਬੜਾ ਵਧੀਆ ਜੇ ਕਿੱਥੇ 700 ਕਿੱਥੇ ਇੱਕ ਮੇਰਾ ਖਿਆਲ ਨੀਂਦਰ ਤਾਂ ਨਹੀਂ ਆ ਰਹੀ ਥੋੜੇ ਜਿਹੇ ਮਿੰਟ ਗੱਲ ਸੁਣ ਲਓ ਥੋੜੇ ਜਿਹੇ ਮਿੰਟ ਵਾਇਨਮਾ ਤਵਫਾਉਨਾ ਉਜੂਰਕੁਮ ਯਾਉਮਲ ਕਿਆਮਾ ਤੇ ਕਿਆਮਤ ਦੇ ਦਿਨ ਜੋ ਮਿਲ ਗਿਆ ਤੇ ਜੋ ਸਾਹਮਣੇ ਆ ਗਿਆ ਉਹ ਤੁਹਾਡੇ ਕੋਲ ਇੱਥੇ ਦੁਨੀਆ ਤੇ ਕੀ ਹੈ ਕੀ ਹਾਲ ਹੈ ਜੀ ਬੜਾ ਕਾਮਯਾਬ ਆ ਕਿਹੜੀ ਗੱਲ ਮੁੰਡਾ ਬਾਹਰ ਗਿਆ ਹੋਇਆ ਜ਼ਮੀਨ ਬੜੀ ਪੈਦਾਵਾਰ ਕਰ ਰਹੀ ਹੈ ਅੱਲਾਹ ਦਾ ਸ਼ੁਕਰ ਹੈ
بڑا کچھ ہے میرے کو، میں کامیاب ہو گیا. اللہ فرماندے نے کامیاب کون ہوئے گا؟ سامان سو سے ناری وہ دخیلا جنتا فقد فاز. کامیاب ہوے جو جہنم تو پر کر کے جنتی بنا دیتا گیا. ٹھیک ہے بولو. سامان سو سے ناری وہ دخیلا جنتا فقد فاز. کامیاب ہوے، کامیاب کون ہے؟ وہ کیڑا کامیاب ہے؟ وہ کدے پرچے ودیا نے؟ کیڑا کامیاب ہے؟ کدن دی کامیابی؟ جدھر رب کہے گا وامتاز الیوم ایوہ المجرمون، مجرموں وکھرے ہو جو اج، وامتاز الیوم ایوہ المجرمون. وہ دن کئی آخن گے کانو آئیے قیامت، تے کئی آج ہی کہن دے نے پتا کئی نو چاہ چڑھنا ہے وہ دن قیامت دے کے. چاہ مطلب چاہ چڑھنے نے رب نو ویکھ کے کسے والے دل نے خوب کیا آندا کدو پھٹنا اوے کدو پھٹنا او پیٹ سما دے سما منے آسمان او کدو پھٹنا پیٹ سما دے کدو جلسہ روز جزا دے سی ادھر کہ کدو پھٹنا پیٹ سما دے کدو جلسہ روز جزا دے او کدو کھلنا کنڈ او جدو لینا کنڈ او کدو کھلنا کنڈ اے خدا دے کدو اترے گا قدم چوانے نو ربا دے دیدار دیوانے نو کت خیر ملنگ مستانے نو. اللہ اللہ ترا رب آندا ہے چھیتی کر میں سدارا دس دیا چوک میرے اگے وہ سر ڈگدا جدو وہ سر ڈگدا جدو زمین اتے سر ڈگدا جدو زمین اتے او پوے کسر جائے عرش بری اتے سر ڈگدا جدو زمین اتے اللہ دا دیدار نماز وچ ہوندیا ہے. حضور نے فرمایا نماز مومن دا معراج ہے. او سر ڈگدا جدو زمین اتے پوے کسر جائے عرش بری اتے او لکھ لین امام مبین اتے تیری پاک جبین کسانے نو ربا دے دیدار دیوانے نو کت خیر ملنگ مستانے نو. آئیے میرے محترم ذرا غور فرمائیے، میں عرض کر رہا تھا کئی بندے ادھر خوش ہون گے پر میں گل سدھی کر دیا، اندر دا نور باہر آئے گا. جنہ دے دل ایتھے کالے نے انہوں نے اگے جا کے منہ کالے ہون گے. جنہ دے دل ایتھے کالے نے غفلت نال شرک نال بدعت نال بے نمازی ہون نال حضرت جی محسوس کرن والی بات نہیں، خدا دی قسم قرآن دا مطالعہ ہنے پیش کرنا. جنہاں دے دلاں تے ایتھے نور نہیں، جنہاں دے دل ایتھے کالے نے انہاں دے قیامت نو منہ کالے ہون گے، جنہاں دے دل ایتھے روشن نے انہاں دے قیامت نو منہ نور نور ہون گے. جی اے قرآن نے آخر قرآن نے وجوہ یومئذ مسفرہ ضاحکہ مستبشرہ وجوہ یومئذ علیہا غبرہ ترہقہا قطرہ للذین احسنوا الحسنی وزیادہ ولا یرحق وجوہ قطر ولا ذلہ اولئک اصحاب الجنہ ہم فیہا خالدون للہ
الذین احسن الحسنا وزیادہ، جڑے نیکیاں کردے ہون گے انہاں دے چہرے سن لو، اللہ زیادتیاں دے گا کی مانا نیکیاں ودا دے گا تے انہاں دے چہرے ولا یار حق وجوہم، اللہ دی قسم اگر اپنے ذوق دے مطابق اس آیت دی تفسیر کرا دے رات گزر جائے، راتاں گزر جان اس آیت دی تفسیر وچ، جیل پھٹ جان، اجڑے ہوئے وس پین جڑے قابل سینے پار دے، ولا یار حق وجوہم قطرون ولا ذلہ، فرمایا جنہاں نے نیکیاں کیتیاں ہویاں نے اور قیامت دے دن انہاں دے چہریاں تے سیاہیاں نہیں ہون گیاں، ہائے بولو سیاہیاں، ولا یار حق وجوہم، اتے شیشے ویکھ کے چہرے سوارن دے اپنے دل نوں بھی سواریا کر، ولا یار حق وجوہم قطرون ولا ذلہ، نہ ادھر چہرے ذلیل ہون گے تے نہ ادھر کالے ہی ہون گے، تے ہون گے کتے آپ، اولائک اصحاب الجنہ، تے دوجی جماعت والذین کسبوا السیئات جزاؤں سیئتوں بمثلیا وترحقون وجوہم قطرون وذلہ، انہاں دے جنہاں برے عمل کیتے ہون گے انہاں دے قیامت نوں چہریاں اُتے کتاب، ہائے اللہ، اللہ معاف فرمائے، کیا دعا لوں، کتاب من اللیل مظلما، فرمایا کئیاں دے چہرے نہیں ہون گے جے رات دا ہنیرا ٹکڑا منہ نوں مریا ہوندا ہے، کتاب من اللیل مظلما، جنہاں لوگاں نے اب میرے محترم اللہ دے قرآن تے غور، جے تیرے دل دی بنجر زمین آباد ہو جائے تے مینوں بھی کوئی نیکیاں چار مل جان گیاں، اللہ واسطے قرآن تے غور کر، اللہ پاک نے کانما اغشیشت وجوہم قطر وذلہ اولئک اصحاب النار ہم فیہا خالدون، اللہ اللہ، اندر دا نور کہ کئیاں دے اندر نور کبھی ہوندا تے کبھی نہیں ہوندا، اللہ پاک کہندا قیامت دا منظر پیش کر رہے ہیں دوستا، کامیابی دیا کڑیاں سنا رہے ہیں، جدر آواز ہونی ہے ومتاز الیوم ایھا المجرمون، مجرم وکرے ہو جاؤ کہ کئیاں نو نبی نے بڑا پکڑ لینا ہے، تسی آ جاؤ، بولو آ جاؤ، آخو آخر گل سو، خیر نہ گل سونی گل، اور تسی آ جاؤ، کون آ جاؤ، سونیا کیڑی گلو، حضور فرماندے نے گرن محجلین من اثر الوضو، صحابی نے پوچھا سونیا قیامت نو اینیاں امتاں کہ تیرے امتی تھوڑے جائے تے کیویں پچھانے گا، اپنی امت نو کیویں پچھانو گے، حضور فرماندے نے جے سارے کوڑے کالے ہون جے وے چٹے ہون اور پچھانے ہو گی ہے کہ نہیں، صحابہ کہن لگے آ جاندی ہے، حضور فرماندے نے پر سن لو، گرن محجلین من اثر الوضو، جڑی میری امت وضو کر کر کے انہاں دے ہاتھ پیر پنج کلیان بنے ہون گے، نبی پاک پوچھان گے میرا مال، بولو میرا، میرا مال، تے جنہاں نے نمازاں نہیں پڑھیاں شیطان دا مال، ادھر رب کہے گا، ادھر نبی نکھیری آئے گا، پر ہٹ جا، اے ہاتھ جوڑے گا، میں تیرا، میں نبی تیرا امتی، میں تیرا امتی، فرمان کے منہ تے وکھا، ہائے منہ وکھا ظالما، تم کی بنن دے قابل ہے ہمیں کہ نہیں، گرم محجلین من اثر الوضو، ادھر آواز آئے گی، میں کی کراں، کی کراں، میں کیویں بیان کراں، میں کتوں بھی گناگار، ومتاز الیوم ایھا المجرمون، مجرم وکھرے ہو جاؤ، ادھر نبی ٹونڈے گا اپنیا نو، پورا میرے والے آ جاؤ، کیڑیا نو، گرم محجلین من اثر الوضو، اپنے دل نال وعدہ کرو، میرے نال نہیں، اللہ دے گھر وچ بیٹھے ہویا تے وعدہ کرو کہ حافظ دی نماز کبھی نہیں چھڈاں گے، کرو کرو،
کرو 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 وعدہ اللہ واسطے وعدہ کرو. میں چندہ نہیں منگتا دوستا تیرے جیجے نہیں پھولتا خدا واسطے کر کے مینو یہ چندہ دے چھڈ. وعدہ کر کے میں بے نمازی نہیں رہا گا نمازی بنا گا. کہہ دو ہاتھ کھڑے کر کے کہہ دو کہہ دو کہہ دو پیار دی گل ہے ادھی رات کا ٹائم ہے رحمت کریم آئی ہوئی ہے. یا اللہ دل میں پھاڑ کے نہیں دیکھے میں اقرار کرا لیا یا اللہ بندے بنا کے پکے نمازی بنا دے. اللہ اللہ میرے محترم میرے عزیز میرے بزرگ میرے ساتھی میری اما میری بہن اے خدا دی قسم میری باتوں نو بھلاونا نہیں میں ضرور گناہگار ہاں لیکن گلاں مصطفیٰ دی کر رہے ہیں. او دن کئی تیرے چمکیلے کہ کئیاں دے بارے قرآن کی آندا کیڑے پاسے ٹل پیا قرآن آندا یوم تر المؤمنین والمؤمنات یسعا نورہم بین ایدیہم و بایمانہم بشراکم الیوم جنات تجری من تحتها الانہار. اللہ تینو قرآن دا محبوب بنا دے. مینو ایک مولانا ملے کہنے لگے جی تقریر کرن دی مینو بھی جا سکھاؤ. میں کہ حضرت کسی بڑھی ماں دعا لو کسی بڑھی ماں کو دعا لو جی تقریر کرنی ہے. اللہ دا فضل کہ والدہ بھی مکمل قرآن یاد ابا جی بھی عالم دادا جی بھی عالم امین ودی رات دا ٹائم موت نیڑے آئی ہوئی زندگی موت دی بات کر رہے ہیں موت نیڑے آئی ہوئی کہ میں کہ امی جی کی حال ہے تے امی آندی ہے یا اللہ میرے پتر نو قرآن دا حافظ بنائی. میں کہ یا اللہ میں تے قرآن دا حافظ ماں نے کہ اب یا اللہ میرے پتر نو قرآن دا عاشق بنائی. رب دی قسم ہے جدن دی ماں دی دعا سنی ہے دل باغ باغ ہو گیا ہے. اللہ تینو بھی قرآن دا محبوب بنائے اللہ تینو توفیق دے کہ والدین دی بات منے گئے کرو آمین. ہاں جی میرے دوستا میرے عزیزا یوم تر المؤمنین والمؤمنات یسعا نورہم بین ایدیہم و بایمانہم. فرمایا قیامت دے دن میرے نبی مومنا دا حال عجیب ہی ہونا ہے کہ نور روشنی انہوں نے اگے اگے دوڑی پھرے گی کدھر کھڑن گے روشنی کدھر کھڑے گی ہائے روشنی کدھر کھڑے گی. واشرا کا تل ارض بنور ربہا و وضع الکتاب وجیہ بالنبیین والشہداء وقضی بینہم بالحق. جدن اللہ عرش لا کے وچکار آ جائے گا عرش دے بیٹا انصاف کرے گا ادھر نہیں جائے گی روشنی. اللہ 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 تیری میری زندگی ادھر بھی صحیح کر دے. اج میں ساتھیاں دے بار بار کہن نال تقریر لمبی کر رہا میرے دوستو اے خدا واسطے کر کے انہاں گلاں نوں پڑھاونا نہیں اے اند اگے تے پیچھے نور پڑا پھردا تے دوجے مقام تے اللہ آندا یوم لا یخزی اللہ النبی والذین آمنوا ما نبی جڑے تیرے نال دے رہے نبی تیرے نال دے تے نبیاں میں سونیا تینوں میں دوہاں ٹولیاں نوں ذلیل نہیں کرنا قیامت دے دن. نبی آ تیرے ساتھیاں نوں بولو تیرے تیرے متبعین نوں تے سونیا میں تینوں قیامت دے دن ذلیل نہیں کرنا. او دن تیرے ساتھیاں دا کی حال ہونا سونیا نورہم یسعا بین ایدیہم و بایمانہم اگے تے پیچھے نور ہی نور روشنی انہاں دے ہوئے گی تے کی کہن گے منافقاں دا نور بجھا ویکھ کے یقولون ربنا اتمم لنا نورنا واغفر لنا انک علی کل شیء قدیر. جی اللہ ساڈی روشنی مکمل رکھی کہ وہ دن ترلے مارا لے ہیں جی کتنی زندگی اچھی گزرے میرے محترم وہ زندگی کہ کئی وہ دن اذ یقول المنافقون والمنافقات للذین آمنوا انظرونا نکتب اسم نورکم. منافق مرد کہیں گے منافقات عورتیں کہیں گیا او مومنو ٹھہر جاؤ کٹھے کم کر دے رہے ہیں کٹھے وس دے رہے ہیں ذرا فرق اتنا سی تسی مسیتے جاندے رہے ہو تے اتوں تو کلمہ ہی پڑھ دے رہے ہاں
ਰੱਖਾ ਹੈ। ਮੇਰਾ ਠਹਿਰ ਜਾਓ, ਸਾਨੂੰ ਵੀ ਨਾਲ ਲਾ ਲਓ, ਤੁਹਾਡੇ ਪਿੰਡ ਦੇ ਰਹਿਣ ਵਾਲੇ ਸਾਂ ਯਾਰਾ, ਇਕੱਠੇ ਪਾਣੀ ਲਾਉਂਦੇ ਰਹੇ ਹਾਂ, ਇਕੱਠੇ ਵਾਈ ਕਰਦੇ ਰਹੇ ਹਾਂ, ਜਰਾ ਠਹਿਰ ਜਾ। ਲੀਲਾ ਵੀਨ ਆ ਮਾਨੁਨ ਜ਼ਰੂਨਾ ਨੱਕ ਤਾਂ ਬਿਸਮਿਨ ਨੂਰੇ ਕੁਲ। ਹਜ਼ਰਤ ਸਾਨੂੰ ਵੀ ਰੋਸ਼ਨੀ ਨਾਲ ਮਿਲਾ ਲੋ, ਸਾਨੂੰ ਵੀ ਰਾਹ ਦਿਸੇ ਤੇ ਆਵਾਜ਼ ਆ ਗਈ ਰੱਬ ਵੱਲੋਂ, ਮੱਕੀ ਲਰ ਜਾਊ। ਉਹ ਮੇਰਾ ਮਾਣਾ, ਮੱਕੀ ਲਰ ਜਾਊ ਵਰਾ ਅਕੁਮ ਫਲ ਤਮ ਸੂਨੂਰਾ। ਰੋਸ਼ਨੀ ਇੱਥੋਂ ਨਹੀਂ ਮਿਲਣੀ, ਜਿੱਥੋਂ ਇਹ ਲੈ ਕੇ ਆਏ ਉੱਥੋਂ ਲੈਣ ਜਾਓ, ਜਿੱਥੋਂ ਇਹ ਲੈ ਕੇ ਆਏ ਕਿੱਥੋਂ, ਇੱਥੋਂ 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 ਹੁਣ ਰੋਸ਼ਨੀ ਮਜ਼ਾ ਆਉਣੀ, ਜਿੱਥੋਂ ਇਹ ਲੈ ਕੇ ਆਏ ਉੱਥੇ ਜਾਓ। ਅੱਛਾ ਹਾਏ, ਉੱਥੇ ਜਾਓ ਤੇ ਰੋਸ਼ਨੀ ਲਿਆਓ, ਉਹ ਕੁਰਾਨ ਪੜ੍ਹੋ ਤੇ ਰੋਸ਼ਨੀ ਲਿਆਓ, ਜਾਓ ਉੱਥੇ, ਇੱਥੋਂ ਦੀਵਾ ਮੁਹੱਈਆ ਨਹੀਂ ਹੋਣਾ, ਉੱਥੇ ਜਾਓ। ਆਵਾਜ਼ਾਂ ਮਾਰ ਮਾਰ ਕੇ, ਰੋ ਰੋ ਕੇ, ਮਿੰਟਾਂ ਤੇ ਤਰਲੇ ਕਰ ਰਹੇ ਨੇ, ਲੇਕਿਨ ਕੋਈ ਗੱਲਬਾਤ ਨਹੀਂ। ਆ ਗਿਆ ਕੌਣ, ਆ ਗਏ ਲੰਬੀ ਬਾਤ ਦੋਸਤ, ਸਮਨ ਸੋ ਸਿਆਨੀ ਨਾਰੀ ਵਉਦਖਿਲਲ ਜੰਨਾ ਫਕਦ ਫਾਜ਼। ਜੋ ਆਦਮੀ ਜਹਨਮ ਤੋਂ ਦੂਰ ਹੋ ਗਿਆ ਤੇ ਜੰਨਤ ਵਿੱਚ ਦਾਖਲ ਹੋ ਗਿਆ, ਕੀ ਹੋ ਗਿਆ? ਬੋਲੋ ਕਾਮਯਾਬ। ਬੋਲੋ ਸਾਰੇ ਕਾਮਯਾਬ, ਸਾਰੇ ਬੋਲੋ ਕਾਮਯਾਬ। ਤੇ ਇੱਥੇ ਗੱਲ ਬਣਨੀ ਨਹੀਂ, ਉੱਥੋਂ ਦੇ ਤਰਲੇ ਕੰਮ ਨਹੀਂ ਆਉਣੇ। ਪਤਰ ਲੈ ਕਿਹੜੇ? ਰੱਬਨਾ ਅਬਸਰਨਾ, ਰੱਬਨਾ ਅਬਸਰਨਾ। ਮੇਰੇ ਨਬੀ ਵੇਖੇਗਾ, ਤੂੰ ਜਿਹੜੇ ਹੁਣ ਨਹੀਂ ਮੰਨਦੇ, ਜਿਹੜੇ ਆਉਂਦੇ ਨੇ ਐਨੁਲ ਯਕੀਨ ਹੋਵੇ, ਇਲਮੁਲ ਯਕੀਨ ਤੇ ਤਸਲੀਮ ਨਹੀਂ ਕਰ ਰਹੇ। ਇਲਮੁਲ ਯਕੀਨ ਜੋ ਮੈਨੂੰ ਨਾ ਬਿਲਗਾਬ ਨਹੀਂ ਹੋ ਰਿਹਾ, ਕੁਛ ਨਹੀਂ ਕਰ ਰਹੇ। ਵਲਾ ਉਤਰਾ ਇਜ਼ ਜ਼ਾਲਿਮੂਨ, ਵਲਾ ਉਤਰਾ ਇਜ਼ ਮੁਜਰਿਮੂਨ, ਨਾ ਕੇ ਸੂ ਰਊਸਹਿਮ ਇੰਦਾ ਰੱਬੀਹਿਮ। ਨੀਵੀਆਂ ਧੌਣਾ ਮੁਜਰਮ ਕਰਕੇ ਬੈਠੇ ਹੋਣਗੇ। ਤੇ ਦੂਜੇ ਮੁਕਾਮ ਤੇ ਆਉਂਦਾ ਯਉਮਇਜ਼ਨ ਜ਼ੁਰਕਾ, ਅੱਖਾਂ ਨੀਲੀਆਂ ਹੋ ਗਈਆਂ ਹੋਣਗੀਆਂ ਜੀ, ਨੀਲੀਆਂ ਅੱਖੀਆਂ ਲੈ ਕੇ ਤੇ ਮੁਜਰਮ ਬੈਠੇ ਨੇ ਨੀਵੀਂ ਤਾਣ ਕਰਕੇ। ਤੇ ਰੋਈ ਜਾਂਦੇ ਤੇ ਕੀ ਆਉਂਦੇ ਨੇ, ਰੱਬਨਾ ਅਬਸਰਨਾ ਲਸਮੇਨਾ ਸਰਜੇਨਾ ਨਾਮਲ ਸਾਲਿਹਨ ਇੰਨਾ ਅੱਲਾ। ਅਸਾਂ ਸੁਣ ਵੀ ਲਿਆ, ਵੇਖ ਵੀ ਲਿਆ, ਦਵਾਈ ਤੇਰੇ ਤੇਰੀ ਖੁਦਾਈ ਦੀ, ਤੇ ਸਾਨੂੰ ਹੁਣ ਆਜ਼ਾਦ ਕਰ ਦੇ, ਚੰਗੇ ਹੋ ਕੇ ਆਵਾਂਗੇ। ਦੋਸਤਾ ਉਦਣ ਦੇ ਤਰਲੇ ਕਿਸੇ ਕੰਮ ਨਹੀਂ ਆਉਣੇ, ਅੱਜ ਦੇ ਤਰਲੇ ਦਾ ਯਾਦ ਕਰ ਲੈ। ਅੱਲਾ ਤੇਰੀ ਤੇ ਮੇਰੀ ਆਖਰ ਬਿਹਤਰ ਕਰੇ, ਅੱਲਾ ਦੀਨ ਦਾ ਖਾਦੀ ਬਣਾਏ, ਅੱਲਾ ਮੁਸਤਫਾ ਦਾ ਮੁਤਬੇ ਬਣਾਏ। ਤੇ ਇਨਸ਼ਾਅੱਲਾ ਤੁਸੀਂ ਜਲਸਾ ਕਰਵਾਉਂਦੇ ਰਹੋ, ਮੇਰੇ ਤੁਹਾਡੇ ਤਾਲੁਕਾਤ ਨੇ, ਜਦੋਂ ਬੁਲਾਵੇ ਉਦੋਂ ਹੀ ਹਾਜ਼ਰ ਹਾਂ। ਅਗਰ ਤੇ ਬਹੁਤ ਦੂਰ ਹਾਂ, ਸਾਥੀਆਂ ਦੀ ਜ਼ਿਆਦਾ ਖਾਹਿਸ਼ ਪੂਰੀ ਨਹੀਂ ਕਰ ਸਕਦਾ, ਲੇਕਿਨ ਫਿਰ ਵੀ ਜਿੰਨਾ ਹਿੱਸਾ ਪਾ ਸਕਣਾ ਮੈਂ ਹਾਜ਼ਰ ਹੋ ਗਿਆ। ਬਾਵਜੂਦ ਉਸ ਜਗ੍ਹਾ ਬਹੁਤ ਟਾਈਮ ਹੋ ਗਿਆ, ਰਾਤ ਅੱਧੀਓ ਟੱਪ ਗਈ ਹੈ, ਤੇ ਤੁਹਾਡਾ ਮੇਰਾ ਤਾਲੁਕ ਵੀ ਹੁਣ ਇਸ ਤਰ੍ਹਾਂ ਹੀ ਹੈ। ਅੱਲਾਹ ਤਾਲਾ ਮਾਫ਼ ਫਰਮਾਏ, ਤੁਹਾਡੇ ਮੇਰੇ ਗੁਨਾਹ ਬੋਲੋ ਮਾਫ਼ ਫਰਮਾਏ, ਔਰ ਅੱਲਾਹ ਖਾਤਮਾ ਈਮਾਨ ਤੇ ਕਰੇ। ਮੈਂ ਦੁਆ ਕਰਨਾ ਵਾਹਿਗੁਰੂ ਦਾ ਵਨਾ ਅਲਹਮਦੁਲਿਲਾਹ ਰੱਬਿਲ ਆਲਮੀਨ। ਬਾਦਸ਼ਾਹ